ਡੈਮੋਕ੍ਰੇਸੀ ਚ ਹਰ ਬੰਦਾ ਬਰਾਬਰ ਹੈ ਜੀ ਹਰ ਬੰਦਾ ਕਾਮਨ ਹੈ ਜਿਹ ਹਿੰਦੁਸਤਾਨ ਦੇ 130 ਕਰੋੜ ਲੋਕ ਨੇ ਉਹਨਾਂ ਨੂੰ ਉਹਜਾ ਟਾਇਲਟ ਚਾਹੀਦਾ ਜਿਹੋ ਜਿਹਾ ਡੀਸੀ ਦਾ ਹੈ ਹੂੰ ਉਹਨਾਂ ਨੂੰ ਉਹਜਾ ਟਾਇਲਟ ਚਾਹੀਦਾ ਜਿਹੋ ਜਿਹਾ ਪ੍ਰਿੰਸੀਪਲ ਦਾ ਹੈ ਉਹਨਾਂ ਨੂੰ ਉਹਜਾ ਟਾਇਲਟ ਟਾਇਲਟ ਚਾਹੀਦਾ ਜਿਹੋ ਜਿਹਾ ਪ੍ਰਧਾਨ ਮੰਤਰੀ ਦਾ ਹੈ ਤੇ ਜਿੰਨੀ ਦੇਰ ਤੱਕ ਉਹਨਾਂ ਨੂੰ ਉਹਜਾ ਟਾਇਲਟ ਨਹੀਂ ਮਿਲਦੇ ਉੰਨੀ ਦੇਰ ਤੱਕ ਪ੍ਰਧਾਨ ਮੰਤਰੀ ਨੂੰ ਵੀ ਕੋਈ ਰਾਈਟ ਨਹੀਂ ਹੈਗਾ ਕਿ ਉਹ ਆਪਣੇ ਇਕੱਲੇ ਲਈ ਵੱਖਰਾ ਟਾਇਲਟ ਬਣਾ ਲੇ ਉਹ ਵੀ ਰੱਬ ਦਾ ਜੀ ਹੈ ਉਹ ਵੀ 130 ਕਰੋੜ ਲੋਕਾਂ ਦਾ ਹਿੱਸਾ ਹੈ ਉਹਨੂੰ ਲੋਕਾਂ ਨੇ ਬਾਦਸ਼ਾਹ ਦਿੱਤੀ ਹੈ ਤੇ ਇੱਥੇ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੇ ਬਾਦਸ਼ਾਹ ਦਿੱਤੀ ਹੈ ਉਹਨਾਂ ਨੂੰ ਸਾਈਕਲ ਨਸੀਬ ਨਹੀਂ ਹੁੰਦੀ ਹੈਗੀ ਤੇ ਜਿਨ੍ਹਾਂ ਨੂੰ ਬਾਦਸ਼ਾਹਤ ਮਿਲ ਗਈ ਉਹਨਾਂ ਨੂੰ ਜਹਾਜ਼ ਨਸੀਬ ਹੋਣ ਲੱਗ ਜਾਂਦੇ ਨੇ ਹੂੰ ਉਹਨਾਂ ਦੇ ਵਿੱਚ ਪੰਜ-ਪੰਜ ਸੌ ਬੰਦੇ ਸਿਕਿਉਰਿਟੀ ਵਾਲਾ ਹੁੰਦਾ ਹੈ ਹੂੰ ਤੇ ਜਿਹੜੇ ਜਿਹੜਾ ਕਾਮਨ ਮੈਨ ਹੈ ਜਿਹੜਾ ਉਹਨਾਂ ਨੂੰ ਬਾਦਸ਼ਾਹੀਆਂ ਬਖਸ਼ਦਾ ਉਹਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਹੈਗੀ ਉਹਦੇ ਲਈ ਕੋਈ ਟਾਇਲਟ ਨਹੀਂ ਹੈਗੇ ਉਹਦੇ ਲਈ ਕੋਈ ਰੋਟੀ ਦਾ ਪ੍ਰਬੰਧ ਨਹੀਂ ਉਹਦੇ ਲਈ ਕੋਈ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੈਗਾ ਉਹਦੇ ਲਈ ਕੋਈ ਅੱਛੇ ਹਸਪਤਾਲਾਂ ਦਾ ਪ੍ਰਬੰਧ ਨਹੀਂ ਉਹਦੇ ਲਈ ਅੱਛੇ ਸਕੂਲਾਂ ਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਸਾਰੇ ਕਾਸੇ ਨੂੰ ਰੱਬ ਆਸਰੇ ਕਿਵੇਂ ਛੱਡ ਸਕਦੇ ਹੋ ਜੀ ਤੇ ਅਸੀਂ ਸਾਰਾ ਸਿਸਟਮ ਰੱਬ ਆਸਰੇ ਛੱਡਤਾ ਅਬ ਦੇ ਅਬ ਦੇ ਅਸੀਂ ਰੈਜ਼ਰਵੇਸ਼ਨ ਕਰ ਲੀਆਂ ਕਿ ਸਾਨੂੰ ਸਹੂਲਤਾਂ ਮਿਲ ਜਾਣ ਮੇਰੇ ਬੈਠਣ ਨੂੰ ਏਸੀ ਰੂਮ ਹੋ ਜੇ ਬਹੁਤ ਵਧੀਆ ਹੈ ਬਾਕੀ ਖੁਦ ਜਾਣ ਚਾਹੇ ਜੇ ਇੱਕ ਸੰਸਥਾ ਹੈ ਉਹ ਸੰਸਥਾ ਦੇ ਵਿੱਚ ਇੱਕ ਬੰਦਾ ਏਸੀ ਦੀ ਸਹੂਲਤ ਮੰਨ ਰਿਹਾ ਹੈ ਬਾਕੀ ਕਿਉਂ ਨਹੀਂ ਮੰਨ ਸਕਦੇ ਹੈਗੇ ਜੀ ਇਹੋ ਜਿਹਾ ਕਿਹੜਾ ਵਿਸ਼ੇਸ਼ ਅਧਿਕਾਰ ਹੈ ਸਾਡੇ ਸੰਵਿਧਾਨ ਚ ਲਿਖਿਆ ਹੋਇਆ ਕਿ ਇੱਕ ਬੰਦੇ ਨੂੰ ਏਸੀ ਮਿਲੂਗਾ ਦੂਜੇ ਨੂੰ ਨਹੀਂ ਮਿਲੂਗਾ ਇਹ ਜਿਹੜਾ ਵੀਆਈਪੀ ਕਲਚਰ ਹੈ ਜਿਹੜਾ ਸਾਡੇ ਸਾਡੇ ਸਿਸਟਮ ਦੇ ਵਿੱਚ ਬਣ ਗਿਆ ਜਿਹੜਾ ਇਹਨੂੰ ਆਪਾਂ ਕਹਦੇ ਕਿ ਨਾਨ ਡੈਮੋਕਰੈਟਿਕ ਸਿਸਟਮ ਹੈ ਸਾਰਾ ਇਹ ਹੂੰ ਇਹ ਕਿਤੇ ਨਾ ਕਿਤੇ ਬਸਤੀਵਾਦ ਦੇ ਵਿੱਚੋਂ ਆਇਆ ਜੀ ਜਦੋਂ ਉਹਨਾਂ ਨੇ ਕ੍ਰਾਈਟੇਰੀਆ ਫਿਕਸ ਕਰ ਲਏ ਕਿ ਅਸੀਂ ਸੀਨੀਅਰ ਕੌਮ ਆ ਸਾਡੇ ਲਈ ਸਾਰਾ ਕੁਝ ਵੱਖਰਾ ਹੋਊਗਾ ਤੇ ਜਦੋਂ ਬਾਦਸ਼ਾਹਤ ਬਦਲੀ ਜਦੋਂ ਆਜ਼ਾਦ ਹੋਏ ਆਜ਼ਾਦ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕੁਰਸੀਆਂ ਸੰਭਲੀਆਂ ਉਹਨਾਂ ਨੇ ਉਹ ਕਲਚਰ ਬਣਾ ਲਿਆ ਉਹਨਾਂ ਨੇ ਆਪਣੇ ਆਪ ਨੂੰ ਸੀਨੀਅਰ ਹੋਣ ਦਾ ਆਪਣੇ ਆਪ ਨੂੰ ਵੱਖਰੇ ਹੋਣ ਦਾ ਆਪਣੇ ਆਪ ਨੂੰ ਸਿਆਣੇ ਹੋਣ ਦਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਅੱਡ ਹੋਣ ਦਾ ਭਰਮ ਸਿਰ ਦੇ ਲਿਆ ਤੇ ਇਸੇ ਕਰਕੇ ਉਹਨਾਂ ਦੇ ਸਕੂਲ ਵੀ ਵੱਖਰੇ ਹੋਗੇ ਉਹਨਾਂ ਦੇ ਹਸਪਤਾਲ ਵੀ ਵੱਖਰੇ ਹੋਗੇ ਤੇ ਹੁਣ ਉਹਨਾਂ ਦੇ ਟਾਇਲਟ ਵੀ ਵੱਖਰੇ ਹੋਗੇ ਉਹਨਾਂ ਦੇ ਕਮਰਿਆਂ ਦੀਆਂ ਸਹੂਲਤਾਂ ਵੀ ਵکریاں ਹੋ ਗਈਆਂ ਇੱਕ ਬੱਚੇ ਦੇ ਕਮਰੇ 'ਚ ਪੱਖਾ ਲੱਗਿਆ ਕਿ ਨਹੀਂ ਲੱਗਿਆ ਹੈਗਾ ਜੇ ਹੈੱਡ ਦੇ ਕਮਰੇ 'ਚ ਏਸੀ ਲੱਗਿਆ ਹੋਇਆ ਹੈ ਤਾਂ ਮੈਂ ਤਲਾ ਦੇ ਫਿਟੇ ਨੂੰ ਉਸ ਹੈੱਡ ਦੇ ਕਿ ਉਹ ਏਸੀ 'ਚ ਬੈਠਾ ਉਹਦੇ ਬੱਚੇ ਦੇ ਕਮਰੇ 'ਚ ਪੱਖਾ ਨਹੀਂ ਹੈਗਾ। ਹੂੰ। ਇਹ ਇਹ ਡੈਮੋਕ੍ਰੇਸੀ ਚਾਹੀਦੀ ਹੈ ਕਿ ਇੱਕ ਬਰਾਬਰ ਹੋਵੇ। ਤਾਂ ਤਾਂ ਕਿਤੇ ਸਥਿਤੀਆਂ ਚੇਂਜ ਹੋਣਗੀਆਂ। ਜਦੋਂ ਹੈੱਡ ਨੂੰ ਵੀ ਕਿਸੇ ਸੰਸਥਾ ਦੇ ਹੈੱਡ ਨੂੰ ਗਰਮੀ 'ਚ ਬੈਠਣਾ ਪਿਆ। ਹੂੰ। ਉਸੇ ਪੱਖੇ ਦੀ ਹਵਾ ਲੈਣੀ ਵੀ ਜਿਹੜੇ ਪੱਖੇ ਦੀ ਹਵਾ ਬੱਚੇ ਲੈਂਦੇ ਨੇ ਜਾਂ ਉਹਦੇ ਸਬੋਡੀਨੇਟ ਬਾਕੀ ਬੰਦੇ ਲੈਂਦੇ ਨੇ ਉਹਦੇ ਨੂੰ ਅਹਿਸਾਸ ਹੋਊਗਾ ਕਿ ਗਰਮੀ ਕੀ ਤੀਤ ਹੁੰਦੀ ਹੈ। ਉਦੋਂ ਨੂੰ ਅਹਿਸਾਸ ਹੋਊਗਾ ਕੁੜੀਆਂ ਦੀ ਸਮੱਸਿਆ ਦਾ ਕਿ ਕਿੰਨੀਆਂ ਕੁੜੀਆਂ ਹਿੰਦੁਸਤਾਨ ਦੀਆਂ ਨੇ ਕਦੇ ਅਸੀਂ ਡਾਟਾ ਨਹੀਂ ਕੱਢਿਆ ਹੈਗਾ ਜਿਹੜੀਆਂ ਉਹਨਾਂ ਦੇ ਨਾਲ ਜਾ ਕੇ ਸਕੂਲ ਛੱਡ ਜਾਂਦੀਆਂ ਨੇ ਜਿੰਨਾ ਸਕੂਲਾਂ ਦੇ ਵਿੱਚ ਜਦੋਂ ਉਹਨਾਂ ਦੇ ਪੀਰਡ ਸ਼ੁਰੂ ਹੁੰਦੇ ਨੇ ਉੱਥੇ ਕੋਈ ਸਹੂਲਤ ਨਹੀਂ ਹੁੰਦੀ ਹੈਗੀ ਹਮ ਕਿੰਨੇ ਕਿੰਨੀਆਂ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਇਸ ਕਰਕੇ ਸਕੂਲ ਨਹੀਂ ਗਈਆਂ ਹਿੰਦੁਸਤਾਨ ਦੇ ਵਿੱਚ ਪਿਛਲਾ ਡਾਟਾ ਕੱਢ ਕੇ ਦੇਖੋ ਪਿਛਲੇ ਸਾਲਾਂ ਦਾ ਜਿੰਨਾ ਸਕੂਲਾਂ ਚ ਕੁੜੀਆਂ ਲਈ ਵੱਖਰੇ ਟਾਇਲਟ ਨਹੀਂ ਹੈਗੇ ਸੀ ਹਮ ਇਹ ਤਾਂ ਹੁਣ ਥੋੜਾ ਜਿਹਾ ਅਸੀਂ ਸੁਚੇਤ ਹੋਏ ਆਂ ਆ ਹੁਣ ਪਹਿਲਾਂ ਦੇ ਮੁਕਾਬਲੇ ਜਦੋਂ ਸਾਡੇ ਕੋਲ ਵਰਲਡ ਬੈਂਕ ਦਾ ਪੈਸਾ ਆਉਣ ਲੱਗਿਆ ਬਹੁਤ ਵੱਡੇ ਪੱਧਰ ਤੇ ਹੁਣ ਸਾਡੇ ਸਰਕਾਰੀ ਦੈਰਾਂ ਦੀ ਥੋੜੀ ਜਿਹੀ ਹਾਲਤ ਪਹਿਲਾਂ ਦੇ ਮੁਕਾਬਲੇ ਚੇਂਜ ਹੋਈ ਹੈ ਅਦਰਵਾਈਜ਼ ਤਾਂ ਹਜ਼ਾਰਾਂ ਲੱਖਾਂ ਕੁੜੀਆਂ ਇਹਨਾਂ ਇਸ ਮਸਲੇ ਕਰਕੇ ਸਕੂਲ ਕਾਲੇ ਛੱਡ ਜਾਂਦੀਆਂ ਸੀਆਂ ਕਿ ਉਹਨਾਂ ਲਈ ਵੱਖਰੇ ਟਾਇਲਟ ਨਹੀਂ ਹੈਗੇ ਉਹਨਾਂ ਲਈ ਪੀਰੀਅਡਸ ਦੀ ਕੋਈ ਜਾਣਕਾਰੀ ਨਹੀਂ ਹੈਗੀ ਉਹਨਾਂ ਨੂੰ ਕੁਝ ਸਮਝਾਉਣ ਵਾਲਾ ਨਹੀਂ ਹੈਗਾ ਮਤਲਬ ਡਿਸਕ੍ਰਿਮੀਨੇਸ਼ਨ ਬਹੁਤ ਮਿਨਿਊਟਲੀ ਜੇਬ ਆਬਜ਼ਰਵ ਕਰੀਏ ਤਾਂ ਹਰ ਪੱਧਰ ਤੇ ਹੈ ਜੀ ਹਰ ਪਦਰਤ ਜਿਹੜਾ ਕਾਮਨ ਮੈਨ ਹੈ ਉਹਦੀ ਕਿਤੇ ਪੁੱਛ ਗਿਛ ਨਹੀਂ ਹੈਗੀ ਸੋ ਟੀਚਰ ਵੀ ਇੱਕ ਕਾਮਨ ਮੈਨ ਹੈ ਟੀਚਰ ਨੂੰ ਸਾਨੂੰ ਲੱਗਦਾ ਹੁੰਦਾ ਹੈ ਕਿ ਟੀਚਰ ਕੋਲੇ ਬਹੁਤ ਸਾਰੀਆਂ ਪਾਬਰਾਂ ਨੇ ਆਮ ਕਾਮਨ ਮੈਨ ਦੇ ਮਨ ਦੇ ਵਿੱਚ ਟੀਚਰ ਦਾ ਕਨਸੈਪਟ ਇਹ ਹੁੰਦਾ ਹੈ ਨਾ ਕਿ ਸਕੂਲ ਤੇ ਟੀਚਰ ਇਹ ਇਹ ਮਤਲਬ ਇੱਕ ਦੂਜੇ ਦਾ ਬਦਲ ਨੇ ਵੀ ਟੀਚਰ ਹੀ ਸਕੂਲ ਹੁੰਦਾ ਹੈ ਤੇ ਸਕੂਲ ਹੀ ਟੀਚਰ ਹੁੰਦਾ ਹੈ ਪਰ ਅਸਲ 'ਚ ਇਹ ਉਵੇਂ ਹੁੰਦਾ ਨਹੀਂ ਹੈਗਾ ਹੂੰ ਟੀਚਰ ਬਹੁਤ ਛੋਟਾ ਜਿਹਾ ਪਾਰਟ ਹੈ ਉਸ ਸਿਸਟਮ ਦਾ ਟੀਚਰ ਕੁਝ ਵੀ ਬਦਲਣ ਦੀ ਸਮਰੱਥਾ ਨਹੀਂ ਰੱਖਦਾ ਹੈਗਾ ਟੀਚਰ ਨੂੰ ਤਾਂ ਹੁਣ ਕਲਾਸਰੂਮ ਦੇ ਵਿੱਚ ਵੀ ਐ ਬੰਨ ਦਿੱਤਾ ਗਿਆ ਜਿਹੜੇ ਹੁਣ ਨਵੀਆਂ ਚੀਜ਼ਾਂ ਆ ਰਹੀਆਂ ਨੇ ਕਿ ਤੁਸੀਂ ਕਿਸੇ ਵਿੱਚ ਦਾ ਨਾ ਹੀ ਕੱਟਣਾ ਕਿਸੇ ਬੱਚੇ ਨੂੰ ਕੋਈ ਸਜ਼ਾ ਨਹੀਂ ਦੇਣੀ ਹੈਗੀ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਹੈਗਾ ਐਨੇ ਨੰਬਰ ਇਹਨੂੰ ਦੇਣੇ ਨੇ ਆਹ ਸਿਲੇਬਸ ਪੜਾਉਣਾ ਹੈ ਪਹਿਲੇ ਦਿਨ ਆਹ ਪੜਾਉਣਾ ਹੈ ਦੂਜੇ ਦਿਨ ਆਹ ਪੜਾਉਣਾ ਹੈ ਤੀਜੇ ਦਿਨ ਆਹ ਪੜਾਉਣਾ ਹੈ ਦਸਵੇਂ ਦਿਨ ਆਹ ਪੜਾਉਣਾ ਹੈ ਸੱਤਵੇਂ ਦਿਨ ਟੈਸਟ ਲੈਣਾ ਹੈ ਹੂੰ ਇਹ ਤਾਂ ਕੋਈ ਇਕুইਟੀ ਟੀਚਿੰਗ ਨਹੀਂ ਹੁੰਦੀ ਟੀਚਿੰਗ ਇੱਕ ਸਾਈਕੋਲੋਜੀਕਲ ਬਰਤਾਰੇ ਜਿਹਦੇ ਵਿੱਚ ਜਿੰਨੀ ਦੇਰ ਤੱਕ ਟੀਚਰ ਤੇ ਬੱਚੇ ਇੱਕ ਫ੍ਰੀ এনवायरमेंट 'ਚ ਨਹੀਂ ਹੁੰਦੇ ਹੈਗੇ ਉਹਨਾਂ ਦਾ ਡਾਇਰੈਕਟ ਕਮਿਊਨੀਕੇਸ਼ਨ ਨਹੀਂ ਹੁੰਦਾ ਹੈਗਾ ਉਹਦੇ ਆਲੇ-ਦੋਲੇ ਜਿਹੜਾ ਪਾਬੰਦੀਆਂ ਦਾ ਗਲਾਫ ਚੜਾਇਆ ਹੋਇਆ ਹੈ ਉਹ ਨਹੀਂ ਉਤਰਦਾ ਹੈਗਾ ਟੀਚਰ ਨੂੰ ਜਿੰਨੀ ਦੇਰ ਤੱਕ ਅਸੀਂ ਬਾਕੀ ਕੰਮਾਂ ਤੋਂ ਆਜ਼ਾਦ ਨਹੀਂ ਕਰਦੇ ਹੈਗੇ ਜੇ ਮੇਰੇ ਦਿਮਾਗ ਦੇ ਵਿੱਚ ਮਿੱਡੇ ਮੀਲ ਚੜਿਆ ਹੋਇਆ ਹੈ ਕਿ ਮੈਂ ਮੈਂ ਦੁਪਹਿਰ ਵੇਲੇ ਬੱਚਾਂ ਨੂੰ ਰੋਟੀ ਖਵਾਉਣੀ ਹੈ ਜਾਂ ਨਹੀਂ ਖਵਾਉਣੀ ਹੈਗੀ ਸਬਜ਼ੀ ਬਣੀ ਹੈ ਕਿ ਨਹੀਂ ਬਣੀ ਹੈਗੀ ਆਲੂ ਆਗੇ ਕਿ ਆਗੇ ਨਹੀਂ ਆਗੇ ਹੈਗੇ ਗੰਡੇ ਮਿਲੇ ਨੇ ਕਿ ਨਹੀਂ ਮਿਲੇ ਹੈਗੇ ਕੁੱਕ ਆਈ ਹੈ ਕਿ ਨਹੀਂ ਆਈ ਹੈਗੀ ਮੈਂ ਕਲਾਸਰੂਮ ਟੀਚਿੰਗ ਕਿਵੇਂ ਕਰ ਲੂੰਗਾ ਹੂੰ ਸੰਭਵ ਨਹੀਂ ਹੈਗਾ ਇਹ ਕਿਸੇ ਵੀ ਪ੍ਰਾਈਵੇਟ ادارے ਦੇ ਵਿੱਚ ਕਿਸੇ ਟੀਚਰ ਕੋਲੇ ਮੈਡੇ ਮਿਲ ਦਾ ਬੋਝ ਨਹੀਂ ਹੁੰਦਾ ਹੈਗਾ ਜੀ ਉਹਨਾਂ ਕੋਲੇ ਬੋਝ ਕੰਮ ਦਾ ਹੋ ਸਕਦਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਇਹ ਨਹੀਂ ਕਹਿੰਦਾ ਕਿ ਟੀਚਰਾਂ ਕੋਲੇ ਬੋਝ ਨਹੀਂ ਹੁੰਦਾ ਹੈਗਾ ਪਰ ਉਹ ਕੰਮ ਸਾਰਾ ਐਜੂਕੇਸ਼ਨਲ ਕੰਮ ਹੁੰਦਾ ਹੈ ਉਹਨੇ ਬੱਚੇ ਦੇ ਟੈਸਟ ਲੈਣੇ ਹੁੰਦੇ ਨੇ ਟੈਸਟਾਂ ਨੂੰ ਚੈੱਕ ਕਰਨਾ ਹੁੰਦਾ ਹੈ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਨੀ ਹੁੰਦੀ ਹੈ ਉਹ ਸਾਰਾ ਕੰਮ ਉਹਦੇ ਸਬਜੈਕਟ ਨਾਲ ਜੁੜਿਆ ਹੋਇਆ ਹੈ ਜੀ ਅ extra ਬੋਝ ਆ ਉਹ ਨਹੀਂ ਹੁੰਦਾ ਹੈਗਾ ਹੂੰ ਡਾਕਟਰ ਸਾਹਿਬ ਜਦ ਤੋਂ ਸਿੱਖਿਆ ਦਾ ਵਪਾਰੀਕਰਨ ਹੋਇਆ ਚਾਹੇ ਅਸੀਂ ਸਕੂਲਾਂ ਜਾਂ ਕਾਲਜਾਂ ਦੀ ਗੱਲ ਲਈਏ ਹੈ ਨਾ ਕਿਉਂਕਿ ਮੈਂ ਖੁਦ ਵੀ ਇਹ ਆਪਨ ਦੇ ਕਿਤੇ ਨਾਲ ਸੰਬੰਧਿਤ ਰਹੀ ਹਾਂ ਤਾਂ ਤੁਹਾਡੇ ਤੋਂ ਇੱਕ ਇੱਕ ਦਿਨ ਦਾ ਡੇ ਟੂ ਡੇ ਤੁਹਾਡਾ ਜਿਹੜਾ ਹੈ ਜਿਵੇਂ ਅਸੀਂ ਕਹਿੰਨੇ ਕਿ ਲੈਸਨ ਪਲਾਨ ਤੁਸੀਂ ਭੇਜਦੇ ਹੋ ਕਿ ਅੱਜ ਜਿਹੜਾ ਹੈ ਇੱਕ ਇੱਕ ਟਾਪਿਕ ਤੁਸੀਂ ਦੱਸਦੇ ਹੋ ਕਿ ਅੱਜ ਬੱਚੇ ਨੂੰ ਇਸ ਕਲਾਸ ਦੇ ਵਿੱਚ ਇਹਨਾਂ ਤੋਂ ਇਹ ਇਹ ਪੜਾਇਆ ਜਾਵੇਗਾ ਤੁਸੀਂ 6-6 ਮਹੀਨਿਆਂ ਦੇ ਇਕੱਠੇ ਲੈਸਨ ਪਲਾਨ ਜਮਾ ਕਰਵਾਉਨੇ ਹੋ ਉਹ ਸੰਭਵ ਹੀ ਨਹੀਂ ਹੈਗਾ ਕਿ ਕਿਸੇ ਦਿਨ ਅਧਿਆਪਕ ਛੁੱਟੀ ਤੇ ਹੋ ਸਕਦਾ ਕਿਸੇ ਦਿਨ ਤੁਹਾਡੀ ਸਿਹਤ ਠੀਕ ਨਾ ਹੋਵੇ ਜਾਂ ਕਈ ਵਾਰ ਬੱਚੇ ਕਹਿ ਦਿੰਦੇ ਆ ਕਿ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਕਰਨੀ ਇਹ ਜਿਹੜਾ ਹੈ ਇਹਨਾਂ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਫਰਠ ਵਿੱਚ ਹੀ ਆਪਣੇ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਸੀਆਂ ਤਾਂ ਹਲੇ ਵੀ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜੇ ਸਰਕਾਰੀ ਅਧਿਆਪਕਾਂ ਤੋਂ ਲਏ ਜਾਂਦੇ ਨੇ ਅਧਿਆਪਨ ਤੋਂ ਬਿਨਾ ਜੀ ਬਹੁਤ ਲੰਬੀ ਲਿਸਟ ਹੈ ਇਸ ਮਾਮਲੇ 'ਚ ਹੂੰ ਬੇਸ਼ੱਕ ਕਹਿਣ ਨੂੰ ਸਾਡੀਆਂ ਸਰਕਾਰਾਂ ਦੇ ਏਜੰਡੇ ਸਰਕਾਰਾਂ ਬਹੁਤ ਸਾਰੇ ਟਿੰਡੂਰਾ ਪਿੱਟਦੀਆਂ ਨੇ ਕਿ ਅਸੀਂ ਬਹੁਤ ਸਾਰੀਆਂ ਤਬਦੀਲੀਆਂ ਲਿਆ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਜਿੰਨੀਆਂ ਪਾਲਿਸੀਆਂ ਬਣੀਆਂ ਨੇ ਸਕੂਲਾਂ ਨੂੰ ਚਲਾਉਣ ਵਾਸਤੇ ਉਹ ਟੀਚਰ ਓਰੀਐਂਟਡ ਪਾਲਿਸੀਆਂ ਨਹੀਂ ਹੈਗੀਆਂ ਉਹ ਟੀਚਰ ਤੇ ਸਟੂਡੈਂਟ ਓਰੀਐਂਟਡ ਪਾਲਿਸੀਆਂ ਵੀ ਨਹੀਂ ਹੈਗੀਆਂ ਬਹੁਤ ਕੁਝ ਕਾਗਜ਼ਾਂ 'ਚ ਹੋ ਗਿਆ ਜੀ ਬਹੁਤ ਕੁਝ ਡਾਟਾ oriented ਹੋ ਗਿਆ। ਹਮਮ। ਟੀਚਰ ਤੇ ਸਕੂਲ ਨੂੰ ਇੱਕ ਮਸ਼ੀਨ ਵਾਂਗੂ ਟ੍ਰੀਟ ਕੀਤਾ ਜਾਣ ਲੱਗ ਪਿਆ। ਹਮਮ। ਡਾਟਾ ਫੀਡ ਕੀਤਾ ਜਾਂਦਾ ਹੈ। ਡਾਟੇ ਦਾ ਐਨਾਲਿਸਿਸ ਕੀਤਾ ਜਾਂਦਾ ਹੈ। ਪਰ ਰੀਅਲ ਲੈਵਲ ਤੇ ਕੁਝ ਨਹੀਂ ਹੋ ਰਿਹਾ ਹੈਗਾ ਉਸ ਰੂਪ ਦੇ ਵਿੱਚ। ਹਮਮ। ਹੁਣ ਅਸੀਂ ਉਮੀਦ ਕਰ ਸਕਦੇ ਹਾਂ ਕਿ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਹੈਗੀ ਅਜੇ ਤਾਂ ਇਹ ਚਲੋ ਦੇਖਣਾ ਬਾਕੀ ਹੈ। ਪਰ ਹੁਣ ਤੱਕ ਦੀਆਂ ਸਥਿਤੀਆਂ ਜਿਹੜੀਆਂ ਇਹ ਨੇ ਕਿ ਜਿਹੜੇ ਜਿਹੜੇ ਗੈਰ ਵਿਦਿਅਕ ਕੰਮ ਨੇ ਅਧਿਆਪਕਾਂ ਤੋਂ ਉਹ ਸਕੂਲ ਦੇ ਵਿੱਚ ਹੀ ਸ਼ੁਰੂ ਹੋ ਜਾਂਦੇ ਨੇ ਦੋ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਨੇ ਇੱਕ ਸਕੂਲ ਤੋਂ ਬਾਹਰ ਹੋਣ ਵਾਲੇ ਇੱਕ ਸਕੂਲ ਦੇ ਵਿੱਚ ਹੋਣ ਵਾਲੇ ਮਸਲਨ ਮੈਡੀ ਮਿਲ ਦੀ ਗੱਲ ਕੀਤੀ ਹੈ ਹੈਨਾ ਮੈਡੀ ਮਿਲ ਦੇ ਆਪਕਾ ਤਾਂ ਕੰਮ ਕਦੇ ਵੀ ਨਹੀਂ ਹੋ ਸਕਦਾ ਹੈਗਾ ਤੁਸੀਂ ਮੈਡੀ ਵਿਲ ਮੈਨੇਜਰ ਦੀ ਪੋਸਟ ਦੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਕੰਸਟ੍ਰਕਸ਼ਨ ਕਰਨਾ ਹੈ ਇਹ ਟੀਚਰ ਦਾ ਕੰਮ ਕਿਉਂ ਹੈ ਟੀਚਰ ਉਹਦਾ ਰਿਕਾਰਡ ਕਿਉਂ ਮੇਨਟੇਨ ਕਰੇ ਉਹਦੇ ਲਈ ਤੁਸੀਂ ਵਖਰੀ ਵਖਰਾ ਬੰਦਾ ਲਾਓ ਜਿਸ ਜਿਸ ਉਹ ਕੰਮ ਕਰਉਣਾ ਚਾਹੁੰਦੇ ਹੋ ਟੀਚਰ ਨੂੰ ਤਾਂ ਇਹ ਹੈ ਕਿ ਉਹਦੇ ਕੋਲੇ ਬੱਚੇ ਨੇ ਉਹਦੇ ਕੋਲੇ ਕਲਾਸ ਹੈ ਉਹਨੇ ਉਹ ਤੁਸੀ ਇੱਕ ਸਿਲੇਬਸ ਦਿੱਤਾ ਹੋਇਆ ਕਿ ਆ ਸਿਲੇਬਸ ਪੜਾਉਣਾ ਹੈ ਤੇ ਤੁਸੀਂ ਉਹਨੂੰ ਆਜ਼ਾਦੀ ਦਿਓ ਕਿ ਇੱਕ ਮਹੀਨਾ ਤੇਰੇ ਕੋਲੇ ਜਾਂ ਤਿੰਨ ਮਹੀਨੇ ਤੇਰੇ ਕੋਲੇ ਪਹਿਲੀ ਯੂਨਟ ਹੈ ਇਹਦਾ ਤੁਸੀਂ ਬਸ ਬੱਚਿਆਂ ਨੂੰ ਪੜਾਉਣਾ ਹੈ ਉਹ ਟੀਚਰ ਫਿਰ ਆਪਣੀ ਮਰਜ਼ੀ ਨਾਲ ਪਲਾਨ ਕਰੇ ਕਿ ਮੈਂ ਕਿਵੇਂ ਪੜਾਉਣਾ ਹੈ ਮੈਂ ਕਦੋਂ ਪੜਾਉਣਾ ਹੈ ਮੈਂ ਕਿਹੜੇ ਮੈਥਡ ਨਾਲ ਪੜਾਉਣਾ ਹੈ ਮੈਂ ਇਸ ਕਲਾਸ ਦੇ ਵਿੱਚ ਰਹਿ ਕੇ ਪੜਾਉਣਾ ਹੈ ਮੈਂ ਜਾਂ ਬੱਚਿਆਂ ਨੂੰ ਬਾਹਰ ਲੈ ਜਾ ਕੇ ਪੜਾਉਣਾ ਹੈ ਹੁਣ ਜਦੋਂ ਸਾਰਾ ਕੋਈ ਤੁਸੀਂ ਇੱਕ ਮਕੈਨੀਕਲ ਤਰੀਕੇ ਨਾਲ ਟੀਚਰ ਨੂੰ ਬੰਨ੍ਹ ਦਿੰਨੇ ਹੋ ਕਿ ਆ ਚੀਜ਼ ਐਨੀ ਕਰਨੀ ਹੈ ਆ ਚੀਜ਼ ਐਨੀ ਕਰਨੀ ਹੈ ਆ ਚੀਜ਼ ਐਨੀ ਕਰਨੀ ਹੈ ਉਹਦੇ ਨਾਲ ਕਦੇ ਵੀ ਜਿਹੜੀ ਪੜ੍ਹਾਈ ਹੈ ਉਹ ਮੁਕੰਮਲ ਨਹੀਂ ਹੁੰਦੀ ਹੈਗੀ ਸੋ ਸਕੂਲ ਦੇ ਅੰਦਰ ਇੱਕ ਤਾਂ ਗੈਰ ਵਿਦਿਅਕ ਕੰਮ ਨੇ ਜਿਹੜੇ ਟੀਚਰ ਨੂੰ ਰਿਪੀਟ ਦੇ ਨੇ ਰੋਜ਼ ਹੁਣ ਵਜ਼ੀਫਾ ਮੰਨ ਲਓ ਬੱਚੇ ਦਾ ਅਪਲਾਈ ਕਰਨਾ ਹੈ ਹੁਣ ਟੀਚਰ ਦਾ ਕੰਮ ਥੋੜੀਆ ਵਜ਼ੀਫਾ ਅਪਲਾਈ ਕਰਨਾ ਟੀਚਰ ਦਾ ਕੰਮ ਤਾਂ ਪੜਾਉਣਾ ਹੈ ਉਸ ਤੋਂ ਬਾਅਦ ਫਿਰ ਜਿਹੜੇ ਬਾਹਰ ਦੇ ਕੰਮ ਨੇ ਕੋਈ ਵੀ ਕੰਮ ਹੈ ਮਤਲਬ ਇਲੈਕਸ਼ਨ ਆ ਗਏ ਤਾਂ ਟੀਚਰ ਲੱਗੂਗਾ ਮਰਦਮਸ਼ ਮਾਰੀ ਆ ਗਈ ਤਾਂ ਟੀਚਰ ਲੱਗੂਗਾ ਕਰੋਨਾ ਆ ਗਿਆ ਤਾਂ ਟੀਚਰ ਲੱਗੂਗਾ ਹੜ ਆ ਗਏ ਤਾਂ ਟੀਚਰ ਲੱਗੂਗਾ ਬੂਟਾਂ ਦੀ ਸੁਧਾਈ ਕਰਨੀ ਹੈ ਤਾਂ ਟੀਚਰ ਲੱਗੂਗਾ ਇਸ ਵੇਲੇ ਸੰਕੜੇ ਹਜ਼ਾਰਾਂ ਟੀਚਰ ਨੇ ਜਿਹੜੇ ਬੀਐਲਓ ਦਾ ਕੰਮ ਕਰ ਰਹੇ ਨੇ ਮੈਂ ਟੀਚਰਾਂ ਮੈਂ ਮੈਂ ਇਹ ਸੋਚ ਕੇ ਜੌਬ ਲਈ ਹੈ ਕਿ ਮੈਂ ਟੀਚ ਕਰਨਾ ਹੈ ਜੀ ਮੈਨੂੰ ਬੀਐਲਓ ਬਣਾਤਾ ਮੈਨੂੰ ਕਹਤਾ ਕਿ ਤੁਸੀਂ ਸਕੂਲ ਟਾਈਮ ਤੋਂ ਬਾਅਦ ਇਹ ਕੰਮ ਕਰੋਗੇ ਜੀ ਤੁਸੀਂ ਮੇਰੀ ਜਾਬ ਤਾਂ ਕਿਤੇ ਨਹੀਂ ਲਿਖਾਇਆ ਹੈਗਾ ਨਾ ਵੀ ਤੁਹਾਨੂੰ ਬੀਐਲਓ ਦਾ ਕੰਮ ਵੀ ਕਰਨਾ ਪਊਗਾ ਹੁਣ ਮੈਂ 8 ਤੋਂ 2 ਮੇਰਾ ਕੰਮ ਹੈ ਪੜਾ ਰਿਹਾ 2 ਵਜੇ ਤੋਂ ਬਾਅਦ ਮੈਨੂੰ ਕਹੇ ਕਿ ਤੁਸੀਂ ਜਾ ਕੇ ਵੋਟਾਂ ਮਨਵਾਉਣੀਆਂ ਨੇ ਜੀ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਕਹੋ ਜੀ ਐਤਵਾਰ ਨੂੰ ਤੁਸੀਂ ਉੱਥੇ ਜਾ ਕੇ ਬੈਠਣਾ ਹੈ ਜੀ ਤਾਂ ਮੇਰੀ ਮਰਜ਼ੀ ਹੋਊਗੀ ਤੁਸੀਂ ਮੈਨੂੰ ਕੋਈ ਐਕਸਟਰਾ ਪੈਸਾ ਦਿਨੇ ਹੋ ਮੈਂ ਚਾਹਣਾ ਉਹ ਕਰਨਾ ਮੈਂ ਕਰ ਲਾਂ ਪਰ ਤੁਸੀਂ ਕਿਸੇ ਨੂੰ ਕੰਪਲਸਰੀ ਕਿਵੇਂ ਕਰ ਸਕਦੇ ਹੋ ਜੇ ਉਹਦੀ ਜੋਬ ਹੀ ਨਹੀਂ ਹੈਗੀ ਇੱਕ ਇੱਕ ਟੀਚਰ ਹੈ ਉਹ ਮਤਲਬ ਉਹਦੇ ਸਕੂਲ ਦੇ ਵਿੱਚ ਹੈਡ ਦੀ ਪੋਸਟ ਖਾਲੀ ਹੈ ਜੀ ਉਹ ਹੈਡ 2 ਸਾਲ ਨਹੀਂ ਆਉਂਦਾ ਸਾਲ ਨਹੀਂ ਆਉਂਦਾ 6 ਮਹੀਨੇ ਨਹੀਂ ਆਉਂਦਾ ਉਹ ਟੀਚਰ ਹੈਡ ਦਾ ਕੰਮ ਕਰ ਰਿਹਾ ਹੈ ਇਹਦੇ ਮਤਲਬ ਜੀ ਟੀਚਰ ਹੈਡ ਦਾ ਕੰਮ ਕਰ ਰਿਹਾ ਹੈ ਫਿਰ ਉਹਦੀ ਕਲਾਸ ਕਿੱਧਰ ਜਾਊਗੀ ਜੀ ਜੀ ਇਹ ਵੀ ਤਾਂ ਇਹ ਵੀ ਤਾਂ ਗੈਰ ਵਿਦਿਅਕ ਕੰਮ ਹੀ ਹੈ ਨਾ ਕਿ ਟੀਚਰ ਨੂੰ ਟੀਚਰ ਦਾ ਕੰਮ ਨਹੀਂ ਕਰਤਾ ਜਾਂਦਾ ਉਹ ਨਾਲ ਹੈਡ ਦਾ ਕੰਮ ਕਰ ਰਿਹਾ ਹੈ ਉਹਦੀ ਕੋਈ ਟ੍ਰੇਨਿੰਗ ਨਹੀਂ ਉਸ ਕਿਸਮ ਦੀ ਉਹਨੂੰ ਕਿ ਉਹਨੂੰ ਕੋਈ ਐਕਸਟਰਾ ਪੈਸਾ ਨਹੀਂ ਮਿਲਦਾ ਹੈਗਾ ਉਹ ਹੈਡਸ਼ਿਪ ਦਾ ਹੈਡਸ਼ਿਪ ਦਾ ਕੰਮ ਕਰਨ ਦਾ ਜੀ ਸੋ ਇਹ ਜਿੰਨੀਆਂ ਚੀਜ਼ਾਂ ਨੇ ਆਲੇ ਦੁਆਲੇ ਦੇ ਵਿੱਚ ਜੁੜੀਆਂ ਹੋਈਆਂ ਨੇ ਜਿਹੜੀਆਂ ਉਹ ਇਲੈਕਸ਼ਨ ਦੇ ਕੰਮ ਨੇ ਉਹ ਮਰਦਮਸ਼ ਮਾਰੀਆਂ ਦੇ ਕੰਮ ਨੇ ਉਹ ਵੀ ਲੋਬੀ ਲੋਦਾ ਕੰਮ ਹੈ ਉਹ ਕੋਈ ਕਰੋਨਾ ਆ ਗਿਆ ਜੀ ਉਹਦਾ ਕੰਮ ਹੈ ਹੜ ਆ ਗਿਆ ਜੀ ਉਹਦਾ ਕੰਮ ਹੈ ਇਹ ਸਾਰੀਆਂ ਚੀਜ਼ਾਂ ਡਾਇਵਰਟ ਕਰਦੀਆਂ ਨੇ ਟੀਚਰ ਨੂੰ ਟੀਚਰ ਨੂੰ ਤੋੜਦੀਆਂ ਨੇ ਜਦੋਂ ਮਾਪੇ ਸਕੂਲ ਦੇ ਵਿੱਚ ਆਉਂਦੇ ਨੇ ਤਾਂ ਟੀਚਰ ਕਿੱਥੇ ਗਿਆ ਹੈ ਜੀ ਟੀਚਰ ਦਾ ਟੀਚਰ ਦਾ ਟ੍ਰੇਨਿੰਗ ਕੈਂਪ ਲੱਗਿਆ ਹੋਇਆ ਜੀ ਟੀਚਰ ਬੀਐਲਓ ਲੱਗਿਆ ਹੋਇਆ ਜੀ ਟੀਚਰ ਮਿਡਡੇ ਮੀਲ ਦੇ ਕੰਮ ਕਰਨ ਗਿਆ ਹੈ ਜੀ ਟੀਚਰ ਦੀ ਇਲੈਕਸ਼ਨ ਡਿਊਟੀ ਲੱਗੀ ਹੋਈ ਹੈ ਟੀਚਰ ਦੀ ਮਰਦਮਸ਼ਮਰੀ ਡਿਊਟੀ ਲੱਗੀ ਹੋਈ ਹੈ ਉੱਥੇ ਜੇ ਮੈਂ ਟੀਚਰਾਂ ਮੈਂ ਆਪਣੇ ਬੱਚੇ ਨੂੰ ਫਿਰ ਸਕੂਲ ਚ ਕਾਹਤੋਂ ਲਾਉਂਗਾ ਜੀ